ਹੋਏ ਰਸੂਲ ਦਾ ਪੁੱਤਰ ਹੁਸੈਨ ਮੇਰੇ ਕੋਲ ਕੁਛ ਹੁਸੈਨ ਦਾ ਸਰ ਲੈਣ ਜੋਗੀ ਹੈ ਲੈ ਕੇ ਕਿਵੇਂ ਆਏ ਇੱਕ ਹੱਥ ਨਾਲ ਸ਼ਮੀਲ ਦਾ ਸਰ ਲੈ ਕੇ ਆਇਆ ਤੇਰੇ ਅੱਲਾ ਮੈਂ ਗਲਤ ਪੜਾ ਮੈਂ ਬੀਬੀ ਦਾ ਮੁਜਰਮਾ ਤੂੰ ਮਾਤਮ ਨਾ ਕਰੇ ਬੀਬੀ ਤੋਂ ਮਾਫੀ ਮੰਗ ਲਈ ਸ਼ੀਆ ਵਾਸਤੇ ਨਹੀਂ ਸੁਨੀਆ ਵਾਸਤੇ ਇਮਾਮ ਹੁਸੈਨ ਦੇ ਸਿਰ ਦੀ ਹਾਲਤ ਪੜਦਾ ਕੋਈ ਕੋਈ ਮੈਨੂੰ ਪੁੱਛੇ ਸਿਰ ਦੀ ਹਾਲਤ ਕੀ ਹੈ ਸੱਜੇ ਦੀਆਂ ਜ਼ੁਲਫਾਂ ਖੱਬੇ ਖੱਬੇ ਦੀਆਂ ਸੱਜੇ ਦਾੜੀ ਦੇ ਕਮਲ ਤੇ ਅਸਕਰ ਦਾ ਹੋਰ ਚਿਹਰੇ ਤੇ ਕਰਬਲਾ ਦੀ ਹੋਰ ਤਾਂ ਦੀ ਅਬਰੂ ਫਤੇ ਹੋਏ ਹੋਠ ਜ਼ਖਮੀ ਤੇਰੇ ਵਾਲਿਆ ਤਮਾਤੀਆਂ ਦੇ ਨਿਸ਼ਾਨ ਤੀਰਾਂ ਦੇ ਨਿਸ਼ਾਨ ਨਹੀਂ ਸਮਝ ਆਈ ਤੇ ਪੱਥਰਾਂ ਦੇ ਨਿਸ਼ਾਨ ਗਾਜ਼ੀ ਦੇ ਅਲਮ ਤੇ ਮੇਰਾ ਹੱਥ ਨੇ ਇੱਕ ਜੁਮਲੇ ਸੁਣਾਵਾ ਆਏ ਉੱਚੀ ਕਰ ਲਈ ਕੁਰਾਨ ਦੀ ਜਿਲਦ ਫਟੀ ਹੋਈ आबाद दामन पे बाबा धूल साफ पे कर बाबा खोल और मेरा किसी ना कुछ ना खड़ा ਉਹ ਮੇਰਾ ਜੱਗ ਪਰਦੇਸੀ ਬਾਬਾ ਉਹ ਮੇਰਾ ਉਸ ਰਾਹ ਤੇ ਮਾਰਿਆ ਜਿੱਥੋਂ ਮੁਸਾਫਰ ਵੀ ਨਹੀਂ ਲੱਗਦੇ ਅੱਖਾਂ ਖੋਲੋ ਮੇਰਾ ਕਿਸੇ ਨੂੰ ਕੁਝ ਨਾ ਖੜਾ ਲਾ ਬਾਬਾ ਬੜੀ ਮੁਸ਼ਕਲ ਕੈਫੀਅਤ ਦਾ ਨਾਮ ਸਾਹਿਬ ਹੈ ਬੜੀ ਮੁਸ਼ਕਲ ਭਾਈ ਜਾਨ ਬੜੀ ਮੁਸ਼ਕਲ ਸ਼ਬੀਰ ਅੱਖਾਂ ਖੋਲੀਆਂ ਇਹਨ ਕਰਕੇ ਦੇਖੋ ਸਜਾਦ ਹੈ ਸਜਾਦ ਤੇਰੀ ਦਾੜੀ ਚਿੱਟੀ ਹੋ ਗਈ ਸਜਾਦ ਤੇਰੀ ਕਮਰ ਝੁੱਕ ਗਈ ਬਾਬਾ ਦਾੜੀ ਤੇ ਤੁਹਾਡੀ ਵੀ ਚਿੱਟੀ ਹੋ ਗਈ ਸਜਾਦ ਮੈਂ ਅਕਬਰ ਸਾਹਿਬ ਮੈਂ ਕਾਸਮ ਛੋੜਿਆ ਮੈਂ ਅਸਗਰ ਦਫਨਾਇਆ ਆ ਦੇ ਬਾਬਾ ਕਰਬਲਾ ਦੇ ਮੈਦਾਨੇ ਪੁੱਤਰ ਦੇ ਸੀਨੇ ਚ ਬਰਸ਼ੀ ਦਾ ਫਲਕ ਦੇਣਾ ਸੌਖਾ ਮਾਵਾ ਨਾਲ ਕਦੇ ਉਸ ਬਾਜ਼ਾਰ ਕਦੇ ਉਸ ਬਾਲਾ ਆ ਦੇ ਬਾਬਾ ਲੋਕ ਪੱਥਰ ਮਾਰ ਕੇ ਦਿਲ ਪੱਥਰ ਮਾਰੋ ਬਾਗੀ ਦੀਆਂ ਭੈਣਾਂ परेशान ना हो मैं वादा करदा है बच्ची अज दे बाद नहीं रोंदी अदे तू किवें आख सकने अदे मैं स्पीउ दे धी दा प्यार किथे होई अदे किथे किथे अदे करबला दे क्या किथे अदे मैदानिया पियो खैमे बच्ची खैमे पियो मैदान च बच्ची मैदान च अदे पियो अकबर चाया धी नाल चवाया पियो कासिम जुड़िया धी नाल चुड़वाया पियो असगर दफनाया धी नाल दफनाया अदे इक वेला ही जाए जदा मैनू बच्ची नजर नहीं आई अदे केड़ा वेला दे जदों हुसैन बाबा गरीब ना सड़ा जे धी जींदी है अदे खेमे तो बाहर आई थक ना लवासे दो जुमले दी इजाजत अदे खेमे तो बाहर आई है घोड़े नाल घोड़ा ਸੁਮ ਨਾਲ ਸੁਮ ਹੈਵਾਨ ਨਾਲ ਹੈਵਾਨ ਅਦੇ ਹੁਸੈਨ ਦੀ ਹੱਥ ਬਣ ਕੇ ਹੈਵਾਨਾਂ ਨੂੰ ਪਿਆ ਦੀ ਰਾਹ ਦਿਓ ਮੈਂ ਸੈਯਦ ਜ਼ਾਦੀਆਂ ਥੱਕੇ ਹੋ ਯਾਰ ਰਾਹ ਦਿਓ ਮੈਂ ਹੁਸੈਨ ਦੀ ਧੀਆਂ ਦੇ ਹੈਵਾਨਾਂ ਦੀਆਂ ਗੋੜੀਆਂ ਜ਼ਮੀਨ ਚੱਲ ਗਈਆਂ ਇੱਕ ਮੈਨੂੰ ਅਦਰ ਰਾਹ ਛੋੜੋ ਸੈਯਦ ਜ਼ਾਦੀ ਆ ਗਈ ਰਾਹ ਛੋੜੋ ਹੁਸੈਨ ਦੀ ਧੀ ਆ ਗਈ ਅਦੇ ਹੈਵਾਨ ਮੁਖ ਦੇ ਇਨਸਾਨ ਆ ਗਏ ਬੱਚੀ ਇੱਕ ਦਗਰ ਦੇ ਪਾਸ ਵੇਖਦੀ ਆ ਸ਼ੇਖ ਹਲ ਰਹੇ ਤੇ ਅਮੀਰ ਕੀ ਫੈ ਮੇਰਾ ਬਾਬਾ ਕਿੱਥੇ ਆ ਇਮਾਮ ਸਰ ਲੈ ਕੇ ਤੁਰ ਪਏ ਜ਼ਿੰਦਾਨ ਦੇ ਦਰਵਾਜ਼ੇ ਤੇ ਆਏ ਆਖਰੀ ਦੋ ਜੁਮਲੇ ਜੀ ਰਾਜ਼ੀ ਰਾਣਾ ਜੀ ਮੁਰਸ਼ਿਦ ਪਾਕ ਬੀਬੀ ਰਾਜ਼ੀ ਹੋ ਗਏ ਸਲਾਮ ਕਬੂਲ ਕਰਿਆ ਜੀ ਭਾਈਆਂ ਦੇ ਹਵਾਲੇ ਮਿੰਬਰ ਪੜ੍ਹ ਲਈ ਮਜਲਿਸ ਮੈਂ ਆਪਣੇ ਹਿੱਸੇ ਦੀ ਰਾਜ਼ੀ ਰਾਣਾ ਮੇਰਾ ਇਮਾਮ ਸਰ ਲੈ ਕੇ ਤੁਰ ਪਿਆ ਜ਼ਿੰਦਾਨ ਦੇ ਦਰਵਾਜ਼ੇ ਤੇ ਆਇਆ ਹਰ ਬੀਬੀ ਉੱਠੀ ਏ ਕੋਈ ਆਦੀ ਬਿਸਮਿਲ੍ਲਾ ਬਾਬੇ ਦਾ ਸਰ ਮਿੰਦੇ ਕੋਈ ਆਦੀ ਬਿਸਮਿਲ੍ਲਾ ਫਿਰਾ ਦਾ ਸਰ ਮਿੰਦੇ ਬਾਕਰ ਦਾ ਬਾਬਾ ਦੋ ਕਦਮ ਪਿੱਛੇ ਅਟਕੇ ਤੇ ਅੱਜ ਸੋਚ ਕੇ ਚਵਿਆ ਏ ਮੇਰੀ ਕੰਡ ਜ਼ਖਮੀ ਏ ਮੈਂ ਸ਼ਾਮੇ ਗਰੀਬਾਂ ਨਾਲ ਲੁੱਟਾ ਹੋਇਆ ਉਹਨਾਂ ਆਖਿਆ ਅਗਰ ਕੋਈ ਹੋਰ ਬੀਬੀ ਹੱਥ ਲਾਵੇ ਅਸਾਂ ਤੇਰੀ ਕੰਡ ਤੇ ਜ਼ੁਲਮ ਕਰੇ ਸਾਂ ਕਿੱਥੇ ਮਾਸੂਮਾ ਉਹ ਦੀਵਾਰ ਨਾਲ ਮਾਸੂਮਾ ਜਲਦੀ ਆ ਬਾਬਾ ਮਿਲਣ ਆਈ ਜਿੱਥੇ ਬੈਠੀ ਉੱਠਣ ਦੀ ਕੋਈ
कोशिश की थी है तेरे आले उठ नहीं सकी जमीन ते बह गई है रो के भी अधी सजाद कुछ गल्ला करनी है ना मेरी सकत मुक गई है सजाद मेरे सामने आ तू इमाम है मैं तेरी बहन आ बाबे नाल गल्ला बात कर सा पहले तेरे नाल करना चाहनी है दस मासूमा आदि सजाद ने दस प्यास दी कितनी कैफियत मासूमा चार कैफियत केड़िया केड़िया सैयदा दे प्यास वध जाए जमीन आसमान एक नजर आने रोक दिए बिस्मिल्ला मेरा कासम फिरा सैयदा ने पूछिया आप इना कासम सलाम पे करना पूछिया आप इना कासम ने क्यों ले लिए आदि करबला बिस्मिल्ला मेरा अकबर फिरा सैयद ने पूछा भाई ना अकबर का क्यों ले लिए अभी करबला चकबरा दी जमीन का जुबान तालुना लो नहीं लादी सैयदा दे दर्दां दी मारी जदों प्याज हद